ਸਤਿ ਸ਼੍ਰੀ ਅਕਾਲ ਜੀ ਮੈਂ ਮਰੀਕ ਸਿੰਘ ਅੱਜ ਦੇ ਇਸ ਨਵੇਂ ਉਟ ਦਾ ਸਵਾਗਤ ਕਰਦਾ ਸੋ ਅੱਜ ਅਰਲਾ ਕਬਾੜ ਦੇ ਵਿੱਚ ਖੜੇ ਆ ਜਿਹੜਾ ਮਾਨਸਾ ਪੈ ਜਾਂਦਾ ਹੈਗਾ ਬਾਈ ਕਾਕਾ ਆਪਣੇ ਨਾਲ ਹੈ ਸੋ ਬਾਈ ਮੜੇ ਝਾਤੀ ਮਰਾਦੇ ਬਾਈ ਕੋਲੇ ਬਹੁਤ ਸਾਮਾਨ ਹੈ ਕਬਾੜ ਦੇ ਵਿੱਚ ਕੱਲਾ ਕਬਾੜੀ ਨਾਲ ਕਹੋ ਛੋਡੇ ਕੋਲੇ ਜਿਹੜੀਆਂ ਚੀਜ਼ਾਂ ਚੱਲਦੀਆਂ ਹੋਣਗੀਆਂ ਜਿਵੇਂ ਕਿ ਤੂੜੀਆ ਦੇ ਰੀਪਰ ਦੀ ਜ਼ਰੂਰਤ ਹੈ ਟਰਾਲੀ ਦੀ ਜ਼ਰੂਰਤ ਹੈ ਰੋਟਾ ਵੇਟ ਦੀ ਜ਼ਰੂਰਤ ਹੈ ਨਵੇਂ ਮਾਡਲਾਂ ਜੀ ਵੀ ਚੀਜ਼ਾਂ ਮਿਲ ਜਾਂਦੀਆਂ ਨੇ ਸੋ ਵੀਡੀਓ ਨੂੰ ਪੂਰੀ ਸੁਣਿਓ ਤੇ ਵੀਡੀਓ ਨਾਲ ਬਣੇ ਰਹੋ ਬਾਈ ਦਾ ਕੰਟੈਕਟ ਨੰਬਰ ਵੀ ਦੇਵਾਂਗੇ ਤੇ ਸ਼ੁਰੂ ਦੇ ਵਿੱਚ ਇੱਕ ਗੱਲ ਕਲੀਅਰ ਕਰ ਦਿੰਨਾ ਮੈਂ ਬਾਈ ਬਾਈ ਦਾ ਜਿਹੜਾ ਨੰਬਰ ਦੇਵਾਂਗੇ ਬਾਈ ਦਾ ਨੰਬਰ ਸੇਵ ਕਰਕੇ ਇੱਕ ਵਾਰ ਹੈਲੋ ਦਾ ਮੈਸੇਜ ਕਰ ਦਿਓ ਤੁਹਾਨੂੰ ਨਾਲ ਦੀ ਨਾਲ ਬਾਈ ਦੇ ਇਥੇ ਲੋਕੇਸ਼ਨ ਆ ਜਿਹੜੀ ਉਹ ਮਿਲ ਜੂਗੀ ਤੇ ਉਹ ਲੋਕੇਸ਼ਨ ਲਾ ਕੇ ਬਾਈ ਦੇ ਇਥੇ ਤੁਸੀਂ ਪਹੁੰਚ ਸਕਦੇ ਹੋ ਤੇ ਆਪਣਾ ਸਮਾਨ ਖਰੀਦ ਸਕਦੇ ਹੋ ਤੇ ਬਾਈ ਆਪਣੇ ਨਾਲ ਹੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਠਾਕ ਹੈ ਬਰਾ ਹਾਂ ਬਾਈ ਠੀਕ ਹੈ ਆਪਣਾ ਸੁਭਨਾਮ ਦੱਸ ਦੋ ਕੀ ਹੈ ਜੀ ਕਾਕਾ ਰਾਮ ਜੀ ਕਾਕਾ ਰਾਮ ਹਾਂਜੀ ਤੇ ਆਪਣੀ ਮੇਨ ਲੋਕੇਸ਼ਨ ਕੀ ਪੈ ਜਾਂਦੀ ਹੈ ਇਹ ਬਰਨਾਲਾ ਮਾਨਸਰ ਰੋਡ ਪੈਂਦਾ ਜੀ ਕਾਕੇ ਮੈਂ ਇੱਕ ਗੱਲ ਪੁੱਛਾਂ ਬਾਈ ਹਾਂਜੀ ਬੱਸ ਕਿੰਨਾ ਕ ਟਾਈਮ ਹੋ ਗਿਆ ਕਵਾਡ ਦੇ ਕਰੂਗਾ ਬਾਈ 21 ਸਾਲ ਕੀ ਬਾਈ ਸਾਲ ਹੋ ਗਿਆ 21 ਸਾਲ ਮੈਨੂੰ ਹੁਣ ਆਏ ਦੱਸ ਦੇ ਜਿਹੜੇ ਸਾਡੇ ਵੀਡੀਓ ਦੇਖੀ ਜਾਂਦੇ ਨੇ ਭਰਾ ਹਨਾ ਆਪਣੇ ਕੋਲ ਕੀ ਕੀ ਸਮਾਨ ਮਿਲ ਜਾਂਦਾ ਗਾ ਰੋਟਾ ਬੀਟਰ ਜ਼ਮੀਨ ਤੇਰਾ ਸਾਰਾ ਸੰਦ ਮਿਲਦਾ ਠੀਕ ਹੈ ਗੇਟ ਗੂਡ ਸਾਰਾ ਹੀ ਸਮਾਨ ਰੋਟਾ ਬੀਟਰ ਟਰੈਲੀਆਂ ਟੋਲੀਆਂ ਟਰਾਲੀ ਸਾਰਾ ਹੀ ਸਮਾਨ ਮਿਲਦਾ ਟੋਟਲੀ ਜ਼ਮੀਨ ਤੇਰਾ ਜੇ ਕਿਸੇ ਨੇ ਕਿਰਾਏ ਤੇ ਖਰੀਦ ਲੈਣਾ ਹੋਵੇ ਕਿਰਾਏ ਤੇ ਮਿਲ ਜੂ ਬਾਈ ਜੀ ਮਿਲ ਜੂਗਾ ਮਿਲ ਜੂਗਾ ਕਿਹੜਾ ਕਿਹੜਾ ਸਮਾਨ ਮਿਲ ਜਾਂਦਾ ਹੈ ਟ੍ਰੈਲੀਆਂ, ਤੂੜੀਆਂ, ਮਸ਼ੀਨਾਂ, ਹਣਾਂ ਭੇਜਿਆ ਜਿਹਾ ਮਾਲ ਹੋ ਪਜਾਲੇ ਫਿੱਟ ਲੱਗੂ ਸਾਰੀ ਮਿਲਜੂ ਕਰਾਇਦੀ ਸਾਰਾ ਮਿਲ ਜਾਂਦਾ ਹੈ ਹਨਾ ਹਾਂਜੀ ਹਾਂਜੀ ਠੀਕ ਹੈ ਇਹ ਹੁਣ ਆਪਾਂ ਬੜਾ ਸਮਾਨ ਦਿਖਾ ਦਈਏ ਤੇ ਕੰਟੈਕਟ ਨੰਬਰ ਇੱਕ ਵਾਰ ਸ਼ੁਰੂਜੀ ਬੋਲ ਦੋ ਕੀ ਹੈਗਾ ਕਨੇਡਰ ਨਵਾਂੜਾ ਰੋਡ ਮਾਨਸਾ ਮੋਬਾਈਲ ਨੰਬਰ ਕੀ ਆਪਣਾ ਬੱਚੇ ਵਾਲਾ ਬੱਟੇ ਬੱਚੇ ਵਾਲਾ 6239958550 ਇਹ ਜਿਹੜਾ ਨੰਬਰ ਬੋਲਿਆ ਜੀ ਇੱਥੇ ਬੱਚਾ ਹੁੰਦਾ ਟੋਪੀ ਵਾਲਾ ਉਹ ਦਿਖਾ ਦਾਂਗੇ ਵੀਡੀਓ ਦੇ ਵਿੱਚ ਉਹਨੂੰ ਮਿਲਿਓ ਬਾਈਕਟ ਹੁੰਦੇ ਨੇ ਇੱਥੇ ਤੇ ਆਪਾਂ ਸਮਾਨ ਦਿਖਾ ਦਿੰਨੇ ਤੇ ਜਿਵੇਂ ਆ ਰੋਟਾਵੇਟਰ ਪਏ ਨੇ ਜੇ ਆਪਾਂ ਕਾਕੇ ਰੇਟ ਦੀ ਗੱਲ ਕਰੀਏ ਰੇਟ ਕਲੀਅਰ ਕਰਦੇ ਇੱਕ ਹਾਂ ਇਹ ਰੇਟ ਕੇ ਬਾਈ ਕਹਿੰਦਾ ਮੌਕੇ ਤੇ ਨੇ ਰੇਟ ਵਾਧੇ ਘਟਦੇ ਰਹਿੰਦੇ ਨੇ ਹਨਾ ਸਮਾਨ ਸੋ ਨੂੰ ਦਿਖਾ ਦਨੇ ਜਿਵੇਂ ਰੋਟਾਵੇਟਰ ਪਿਆ ਬਾਈ ਬਿਸਕਰਮਾ ਹਨਾ ਸੁਪਰ ਸੀਟਰ ਆਹੀ ਆ ਪਿਆਗਾ ਉਦਨ ਮੜੀ ਝਾੜ ਦੀ ਮਰਾਦੇ ਤਵੀਆਂ ਪਈਆਂ ਨੇ ਹਾਲ ਪਏ ਨੇ ਸਮਾਨ ਸਾਰੀ ਪਿਆਗਾ ਜਿਵੇਂ ਹੁਣ ਸੀਜ਼ਨ ਮੂਰੇ ਆ ਰਿਹਾ ਬਾਈ ਤੂੜੀ ਵਾਲੇ ਰੀਪਰਾਂ ਦਾ ਹਨਾ ਉਹ ਮਿਲ ਜਾਣਗੇ ਠੀਕ ਹੈ ਰੋਟਾ ਵੇਟਰ ਟਰਾਲੀਆਂ ਤੂੜੀਆਂ ਵਾਲੀਆਂ ਸਾਰਾ ਕੁਝ ਮਿਲ ਜੂਗਾ ਤੇ ਆ ਦੇਖੋ ਸਮਾਨ ਸਾਰਾ ਪਿਆ ਹੈਗਾ ਆਪਾਂ ਇੱਕ ਵਾਰ ਦਿਖਾ ਦਿੰਨੇ ਆ ਸੋਨੂੰ ਤੇ ਆ ਤੂੜੀ ਵਾਲੇ ਦੀਪਰ ਨੇ ਜਿਵੇਂ ਉੱਚੇ ਮਾਡਲ ਦੇ ਵਿੱਚ ਵੀ ਰੀਪਰ ਪਏ ਨੇ ਠੀਕ ਹੈ ਪਿੱਛੇ ਕੇਸ ਦੇ ਰੀਪਰ ਖੜੇ ਨੇ ਖੜੰਭਾ ਖੜਾਗਾ ਤੇ ਹੋਰ ਵੀ ਬਾਈ ਬਹੁਤ ਸਮਾਨ ਸਾਰੇ ਹੀ ਮਿਲ ਜੂ ਤਕਰੀਬਨ ਲਗਭਗ ਆ ਟਰਾਲੀਆਂ ਖੜੀਆਂ ਨਹੀਂਆਂ ਲਿਫਟ ਵਾਲੀਆਂ ਹਨਾ ਚੰਗੀਆਂ ਟਰਾਲੀਆਂ ਖੜੀਆਂ ਨੇ ਇੱਥੇ ਆ ਮਾੜੇ ਵਿੱਚੋਂ ਫਾਸਟ ਫੋਰਸ ਦਿਖਾ ਦੇ ਵਿੱਚ ਚੰਗੀ ਹਾਲ ਦੀਆਂ ਟਰਾਲੀਆਂ ਹੀ ਮਿਲ ਜਾਣਗੀਆਂ ਇੱਥੋਂ ਠੀਕ ਹੈ ਇਹ ਇਧਰ ਸਿੰਗਲ ਟਾਇਰ ਦੇ ਵਿੱਚ ਹੋਟ ਟਰਾਲੀ ਖੜੀ ਆ ਲਿਫਟ ਵਾਲੀ ਬਾਕੀ ਬੈੱਡ ਵਗੈਰਾ ਲੱਗੇ ਹੋਏ ਨੇ ਹਨ ਜੇ ਇਧਰ ਆਪਾਂ ਝਾਤੀ ਮਰਾਈਏ ਮੜਾ ਜਾ ਦਿਖਾ ਦੇ ਬਈ ਫਰੰਟ ਤੇ ਜਿਵੇਂ ਰੋਟਾਵੇਟਰ ਖੜੇ ਨੇ ਸੂਪਰ ਸੀਟਰ ਆ ਗਏ ਐ ਮਸ਼ੀਨਾ ਆ ਗਈਆਂ ਜ਼ੀਰੋ ਟਰੈਲਰ ਤੇ ਆ ਬਈ ਨਰਮਾ ਸੀਨ ਵਾਲੇ ਹਾਲ ਆ ਗਏ ਤੇ ਇੱਕ ਪੈਨ ਖੜੀ ਹੈ ਜਿਵੇਂ ਹਨ ਜੇ ਆਪਾਂ ਆ ਇਧਰ ਝਾਤੀ ਮਾਰੀਏ ਤਾਂ ਸਵਰਾਜ 735 ਖੜਾ ਹਰਾ ਸਵਰਾਜ ਵੀ ਕੁੱਲ ਮਿਲਾ ਕੇ ਬਈ ਜਿਹੜਾ ਸੀਜ਼ਨ ਆ ਹਨ ਮੌਕੇ ਦਾ ਉਹ ਚੀਜ਼ਾਂ ਮਿਲਣੀ ਮਿਲਣੀਆਂ ਨੇ ਬਾਕੀ ਬਾਈ ਨਾਲ ਹੋਰ ਵੀ ਛੋਟੀ ਗੱਲਬਾਤ ਕਰਾਵਾਂਗੇ ਵੀ ਜਿਹੜੀਆਂ ਸਾਨੂੰ ਚੀਜ਼ਾਂ ਦੀ ਨਹੀਂ ਪਤਾ ਹਨਾ ਆਜਾਦਾ ਚੀਜ਼ ਦੀ ਕਾਦੇ ਜ਼ਰੂਰਤ ਪੈਂਦੀ ਹੈ ਉਹਦੇ ਬਾਰੇ ਵੀ ਗੱਲਬਾਤ ਕਰਾਂਗੇ ਬਾਈ ਨਾਲ ਆ ਹੜੰਬੇ ਖੜੇ ਨੇ ਤੇ ਆ ਲੈਂਡਲੋਰਡ ਫਾਰਮ ਲੰਘਿਆ ਗੇ ਹਨਾ ਬਾਈ ਤੇ ਹੋਰ ਵੀ ਦਿਖਾਉਣਾ ਜਿਵੇਂ ਆ ਡਰਾਈਵ ਲਈ ਹਨਾ ਆ ਕਾਫੀ ਵੀਰਾਂ ਨੂੰ ਜ਼ਰੂਰਤ ਪੈਂਦੀ ਸਾਡੇ ਭਰਾਵਾਂ ਨੂੰ ਵੀ ਯਾਰ 4 ਇੰਚ ਚਾਹੀਦੀ ਹੈ 3 ਇੰਚ ਵਿੱਚ ਕਟਾ ਕੇ ਇਹ ਚੀਜ਼ਾਂ ਮਿਲ ਜਾਣਗੀਆਂ ਤੇ ਮੜਾ ਜਾਓ ਕੈਮਰਾ ਉਧਰ ਮਾਰਦੇ ਟੈਟੂਰ ਹਨਾ ਟਾਇਰ ਟਰ ਮਿਲ ਜਾਣਗੇ ਭਾਈ ਜੇ ਕਿਸੇ ਨੇ ਵਧੀਆ ਹਾਲਤ ਦੇ ਵਿੱਚ ਟਾਇਰ ਲੈਣੇ ਨੇਗੇ ਤੇ ਉਹ ਮਿਲ ਜਾਣਗੇ ਜਿਵੇਂ ਤਵੇ ਤਵੇ ਹਨ ਉਹ ਮਿਲ ਜਾਣਗੇ ਬਹੁਤ ਚੀਜ਼ਾਂ ਨੇਗੇ ਜਿਹੜੀਆਂ ਭਾਈ ਇੱਥੋਂ ਇੱਕ ਵਾਰ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਜਿਵੇਂ ਬੈਲਟਾਂ ਹੋਗੀਆਂ ਜਿਵੇਂ ਰੀਪਰਾਂ ਦੇ ਐਂਗਲ ਉਂਗਲ ਹੋਗੇ ਹਨਾ ਹੈਂਡਲ ਹੋਗੇ ਉਹ ਆ ਬੈਲਟਾਂ ਨੂੰ ਕੁਸਣ ਕੁਸਣ ਵਾਲੇ ਜਾਂ ਕਰੋਸ ਹੋਗੇ ਵੀ ਸਾਰਾ ਸਮਾਨ ਆ ਜਿਹੜਾ ਭਾਈ ਉਹ ਮਿਲ ਜੂਗਾ ਤੇ ਹੋਰ ਸਮਾਨ ਆ ਜਿਵੇਂ ਉਹ ਪੁਰਾਣੇ ਇੱਧਰ ਮੈਸ਼ੀ ਖੜੇ ਨੇ ਤੇ ਐਕਸਰ ਖੜਾਗਾ ਆ ਜੀਪ ਘੜੀਆ ਚੱਕੀ ਤੇ ਕੁੱਲ ਮਿਲਾ ਕੇ ਯਾਰ ਬਾਈ ਇੱਥੇ ਸਾਰਾ ਸਮਾਨ ਜਿਵੇਂ ਮਿਲ ਜੂਗਾ ਹਨਾ ਆ ਵੀ ਮਿੱਟੀ ਚੱਕਣ ਵਾਲੀ ਆ ਗਈ ਤੇ ਜਿਵੇਂ ਜਨਰੇਟਰ ਹੋ ਗਏ ਬਾਈ ਜਨਰੇਟਰ ਹਨਾ ਕਿਸੇ ਨੇ ਵਧੀਆ ਹਾਲਤੇ ਵਿੱਚ ਲੈਨੇ ਜਨਰੇਟਰ ਹੋ ਗਏ ਆਲੂ ਪੱਟਣ ਵਾਲੀ ਐ ਮਸ਼ੀਨ ਹੋ ਗਈ ਆਲੂ ਬੀਜਣ ਵਾਲੀ ਹੋ ਗਈ ਤੇ ਸਮਾਨ ਦਾ ਕੁੱਲ ਮਿਲਾ ਕੇ ਤੁਹਾਨੂੰ ਇੱਥੋਂ ਮਿਲ ਜੂਗਾ ਕਈ ਵਾਰੀ ਨਿਗਾਹ ਦੇ ਵਿੱਚ ਨਹੀਂ ਆਉਂਦਾ ਹਨਾ ਵੀ ਯਾਰ ਆਹ ਸਮਾਨ ਕਿੱਥੇ ਪਿਆਗਾ ਕੀ ਗੱਲ ਬਾਤ ਆਗੀ ਤੇ ਜਿਵੇਂ ਤੁਹਾਨੂੰ ਮਾੜਾ ਜਾਂ ਅੰਦਰ ਧਖਾ ਦੇ ਅੰਦਰ ਸਮਾਨ ਆ ਬੈਠਕੀ ਦੇ ਵਿੱਚ ਬਹੁਤ ਕੁਝ ਪਿਆਗਾ ਜਿਵੇਂ ਆਪਾਂ ਨੂੰ ਗੇਅਰ ਦੀ ਜਰੂਰਤ ਪੈ ਜਾਂਦੀ ਹੈ ਜਿਵੇਂ ਇਹਨਾਂ ਦੀ ਆਪਾਂ ਗੱਲ ਕਰੀਏ ਹਨ ਆ ਇਹ ਇੱਥੇ ਆ ਪੁਲੀਆਂ ਪਲੀਆਂ ਪਈਆਂ ਨੇ ਲੈ ਹੁਣ ਧਿਆਨ ਜਨੀਤੀ ਹੈਗਾ ਪਹਿਲਾਂ ਹੁਣ ਆਪਾਂ ਦਿਖਾ ਦੇਣਾ ਤੁਹਾਨੂੰ ਆ ਪੁਲੀਆਂ ਪਲੀਆਂ ਦਾ ਢੇਰ ਲੱਗੇ ਪਏ ਨੇ ਕ੍ਰੋਸ ਕ੍ਰੂਸ ਹਨ ਸਾਰਾ ਸਮਾਨ ਹੀ ਮਿਲ ਜੂਗਾ ਤੁਹਾਨੂੰ ਤੇ ਰੱਲੇ ਦਾ ਕਬਾੜ ਹੈਗਾ ਮਸੂਰ ਕਬਾੜ ਹੈਗਾ ਜਿਵੇਂ ਪਟਿਆਲਾ ਕਬਾੜ ਮਸੂਰ ਹਨ ਓਮੀ ਇਹ ਰੱਲੇ ਦਾ ਜੋਗਾ ਰੱਲਾ ਓਮੀ ਇਹ ਜਿਹੜਾ ਪੂਰਾ ਮਸੂਰ ਕਬਾੜ ਹੈਗਾ ਤੇ ਇੱਧਰ ਮੜਿਆ ਦਿਖਾ ਦੇਣਾ ਸਮਾਨ ਸਾਰਾ ਜੇ ਕਿਸੇ ਵੀਰ ਨੇ ਕੋਈ ਕਿਲ ਪੱਤੀ ਜਾਂ ਕੋਈ ਚੈਣ ਚੂਣ ਹਨਾ ਆ ਜਿਵੇਂ ਚੈਨਾ ਚੂਨਾ ਜੀਆਂ ਪਈਆਂ ਨੇ ਕੁੱਲ ਮਿਲਾ ਕੇ ਯਾਰ ਬਾਈ ਸਾਰਾ ਐਕਸ ਲੁਕਸਲ ਤੇ ਬਹੁਤ ਸਾਮਾਨ ਕਹਿ ਸਕਦੇ ਜਿਵੇਂ ਆ ਪਾਣੀ ਪਾਣੀ ਵਾਲਾ ਆ ਪਿਆਗਾ ਇਹਦੀ ਵੀ ਜਰੂਰਤ ਪੈ ਜਾਂਦੀ ਹੈ ਕਈ ਵੀਰਾਂ ਨੂੰ ਜਦੋਂ ਨਰਮੇ ਦੇ ਵਿੱਚ ਪਾਣੀ ਜਾ ਖੜ ਜਾਂਦਾ ਹਨ ਆਪਾਂ ਨੂੰ ਜਰੂਰਤ ਹੁੰਦੀ ਹੈ ਵੀ ਯਾਰ ਪਾਣੀ ਝਕਾ ਕੇ ਬਾਹਰੇ ਕੱਢ ਦਈਏ ਤੇ ਬਹੁਤ ਸਾਮਾਨ ਮਿਲ ਜੂਗਾ ਇਥੋਂ ਤੇ ਕੁੱਲ ਮਿਲਾ ਕੇ ਗੱਲ ਕਰੀਏ ਨਵੇਂ ਹਾਲ ਹੂਲ ਹਨਾ ਤੇ ਹੋਰ ਬਹੁਤ ਸਮਾਨ ਆਗਾ ਤੇ ਕੁਗੀ ਹੋਰ ਕੋਈ ਗੱਲ ਬਾਤ ਇੱਧਰ ਮਾਰ ਮਾਰ ਦੇ ਮਾੜਾ ਕੈਮਰਾ ਜੇ ਕੰਪਿਊਟਰ ਗਰਾ ਤੇ ਬਹੁਤ ਸਮਾਨ ਆ ਬਾਈਆਂ ਕੋਲੇ ਹਨਾ ਇੱਥੇ ਤੇ ਬਈ ਢੇਰ ਲੱਗੇ ਪਏ ਨੇ ਹਨਾ ਬਾਕੀ ਸੀਜ਼ਨ ਦੇ ਮੁਕਾਬਲੇ ਹਰ ਇੱਕ ਚੀਜ਼ ਮਿਲ ਜੂਗੀ ਜਿਵੇਂ ਆ ਇੱਧਰ ਮਸ਼ੀਨ ਪਈ ਆ ਹਨਾ ਆ ਮੋਟਰਾਂ ਕੱਢਣ ਵਾਲੀ ਆ ਮਸ਼ੀਨ ਮਸੂਨ ਜੀ ਪਈ ਆ ਇੱਧਰ ਸਿੰਗਲ ਟਾਇਰ ਮਸ਼ੀਨਾ ਪਈਆਂ ਨੇ ਜੀਆਂ ਦੂਜੀਆਂ ਬੀਜਣ ਵਾਲੀਆਂ ਆ ਆ ਆ ਚੀਜ਼ਾਂ ਦੀ ਬਹੁਤ ਜ਼ਰੂਰਤ ਪੈਂਦੀ ਆ ਆਪਾਂ ਨੂੰ ਆਮ ਕਿਸਾਨਾਂ ਨੂੰ ਜਿਵੇਂ ਕੋਈ ਆਮ ਛੋਟਾ ਕਿਸਾਨ ਹੁੰਦਾ ਹਨਾ ਉਨੇ ਆਹ ਬੈੱਡ ਜੇ ਬਣਾਉਣੇ ਹੁੰਦੇ ਨੇ ਉਦੋਂ ਆਹ ਸਬਜ਼ੀ ਲਾਉਣੀ ਹੁੰਦੀ ਹੈ ਤੇ ਬੈੱਡ ਜੇ ਬਣਾ ਕੇ ਇਹ ਬਹੁਤ ਘੱਟ ਮਿਲਦੇ ਨੇ ਕਬਾੜ ਦੇ ਵਿੱਚ ਹੀ ਪੈਣੇ ਬਾਈ ਉਹ 9 ਹਾਲ ਪੈਣੇ 11 ਪੈਣੇ ਤੇ ਸਮਾਨ ਦੀ ਗੱਲ ਕਰੀਏ ਬਹੁਤ ਪੈਣਗੇ ਤੇ ਜਿਵੇਂ ਹੁਣ ਆਪਾਂ ਨੂੰ ਆਹੋ ਲਾਈਏ ਬਾਈ ਯਾਰ ਟੋਕਾ ਵਾਲੀ ਮਸ਼ੀਨ ਹਨਾ ਇਹ ਪਈਆਂ ਨੇ ਆ ਤੇ ਚਾਲੂ ਹਾਲ ਦੇ ਵਿੱਚ ਨੇ ਕਾਕੇ ਆਹ ਆ ਦੇ ਆ ਆ ਪਈਆਂ ਨੇ ਉਹ ਕੰਪਿਊਟਰ ਖੜਾ ਖੜਾਗਾ ਇੱਕ ਫਰੰਟ ਤੇ ਉਧਰ ਵੀ ਮਰਵਾ ਦੇ ਝਾਤੀ ਤੇ ਹੁਣ ਜਿਹੜਾ ਬੰਦਾ ਹੈਗਾ ਇੱਥੇ ਹੁੰਦਾ ਮੌਕੇ ਤੇ ਉਹਨੂੰ ਮਲਾਉਣੇ ਆਪਾਂ ਭਾਜਣਾ 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 ਇਹ ਆ ਬਾਈ ਹੁੰਦਾ ਆਪਣਾ ਇੱਥੇ ਮੌਕੇ ਤੇ ਮੜੇ ਦਿਖਾ ਦੇ ਮੂੰਹ ਕੋਈ ਗੱਲ ਨਹੀਂ ਤੇ ਆਪਣਾ ਛੋਟਾ ਭਰਾ ਹੈਗਾ ਔਰ ਇਹਦਾ ਇਹ ਛੋਟਾ ਭਰਾ ਹੈਗਾ ਆਪਣਾ ਇੱਥੇ ਹੀ ਹੁੰਦਾ ਹੈਗਾ ਹਨਾ ਜਿਹੜਾ ਆਪਾਂ ਨੰਬਰ ਦਿੱਤਾ ਹੈਗਾ ਇਹ ਏਸੀ ਵੀਰ ਦਾ ਦਿੱਤਾ ਹੈਗਾ ਫੋਨ ਮੈਂ ਕਹਿੰਦਾ ਵੀ ਘੱਟ ਲਾਇਓ ਕਿਉਂਕਿ ਮੈਂ ਵਟਸਐਪ ਬਿਜ਼ਨਸ ਚਲਾਤਾ ਲੋਕੇਸ਼ਨ ਪਾਤੀ ਪੱਕੀ ਵੀ ਕੋਈ ਵੀ ਬੰਦਾ ਯਾਰ ਰਹਿ ਨਾ ਜਾਵੇ ਹਨਾ ਬਸ ਤੁਸੀਂ ਆਪਣਾ ਨੰਬਰ ਸੇਵ ਕਰ ਲਿਓ ਬਾਈ ਜਿਹੜਾ ਨੰਬਰ ਦਿੱਤਾ ਨਾ ਉਹ ਨੰਬਰ ਨੂੰ ਸੇਵ ਕਰ ਲਿਓ ਉਸ ਤੋਂ ਬਾਅਦ ਇੱਕ ਹਲੋ ਦਾ ਮੈਸੇਜ ਕਰ ਦਿਓ ਇਹ ਰੋਤ ਦੇ ਮੁਕਾਬਤ ਜਿਹੜੀ ਚੀਜ਼ ਨੂੰ ਕਿਰਾਏ ਦੀ ਜ਼ਰੂਰਤ ਹੈਗੀ ਹੈ ਨਾ ਉਹ ਕਿਰਾਏ ਤੇ ਮਿਲ ਜੂਗੀ ਜਿਵੇਂ ਕੋਈ ਚੀਜ਼ ਤੁਹਾਨੂੰ ਖਰੀਦਣੀ ਹੈਗੀ ਹੈ ਨਾ ਨਵੀਆਂ ਚੀਜ਼ਾਂ ਬਹੁਤ ਮਿਲਦੀਆਂ ਰੋਟਾ ਵੇਟਰਸ ਦੇ ਵਿੱਚ ਸਾਨੂੰ ਆਪਾਂ ਸਾਰਾ ਕੁਝ ਦਿਖਾਈ ਜੰਨੇ ਆ ਨਾ ਤਵੀਆਂ ਤੁਵੀਆਂ ਬਾਈ ਸਾਰਾ ਕੁਝ ਮਿਲ ਜੂਗਾ ਟੋਟਲ ਏ ਟੂ ਜ਼ेड ਜਿਹੜਾ ਖੇਤੀਬਾੜੀ ਨਾਲ ਸੰਬੰਧਤ ਹੈਗਾ ਸਾਰੀ ਮਿਲ ਜੂਗਾ ਉਹ ਤੁਸੀਂ ਇੱਥੇ ਆ ਕੇ ਖਰੀਦ ਸਕਦੇ ਹੋ ਤੇ ਜਿਵੇਂ ਇਧਰ ਜਨਰੇਟਰ ਜਨੂਟਰ ਸਾਰਾ ਕੁਝ ਕੰਪਲੀਟ ਹਨਾ ਤੇ ਪਿਆ ਮੋਟਰ ਪਿਆ ਤੇ ਵੀ ਇਹੇ ਹੀਆਂ ਚੀਜ਼ਾਂ ਨੇ ਬਾਈ ਜਿਹੜੀਆਂ ਮੇਰੇ ਧਿਆਨ ਦੇ ਵਿੱਚ ਨਹੀਂ ਹੈਗੀਆਂ ਹਨਾ ਵੀ ਬਹੁਤ ਕੁਝ ਪਿਆਗਾ ਜਿਵੇਂ ਉਹ ਪਿਆਗਾ ਆਪਣਾ ਸਪਰੇਅਰ ਢੋਲ ਆ ਗਈ ਸਪਰੇਅਰ ਢੋਲ ਹੋ ਗਏ ਹਨਾ ਵੀ ਖੇਤੀਬਾੜ ਦਾ ਸਾਰਾ ਸਮਾਨ ਹੀ ਮਿਲ ਜੂਗਾ ਵੀ ਲੋਕੇਸ਼ਨ ਨੂੰ ਪੱਕੀ ਦੇਤੀ ਯਾਰ ਬਾਈ ਵੀ ਉਹ ਲੋਕੇਸ਼ਨ ਲਾ ਕੇ ਬਾਈ ਉੱਥੇ ਇੱਥੇ ਆ ਜਿਓ ਉਹ ਬਾਈ ਟੋਪੀ ਵਾਲਾ ਤੁਹਾਨੂੰ ਮਿਲ ਜੂਗਾ ਵੀ ਪੂਰਾ ਚੈਂਟਾ ਬੰਦਾ ਹੈਗਾ ਯਾਰ ਵੀ ਐ ਮੰਨ ਵੀ ਕਾਕੇ ਦਾ ਮੁੰਡਾ ਉਹ ਕਾਕੇ ਦੇ ਦੋ ਮੁੰਡੇ ਨੇ ਹੁਣ ਆਪਾਂ ਕਲੀਅਰ ਕਰ ਦਿੰਨੇ ਆ ਵੀ ਇਹ ਵੱਡਾ ਮੁੰਡਾ ਕਿ ਛੋਟਾ ਕਾਕੇ ਵੱਡਾ ਮੁੰਡਾ ਵੱਡਾ ਤੇ ਤੇਜ਼ ਬਹੁਤ ਆ ਬੰਦਾ ਬਾਬੇ ਚਲੋ ਤੇਜ਼ ਬੱਚਾ ਚਲੋ ਆਦੇ ਕੰਮ ਜਿਵੇਂ ਕਾਰੋਬਾਰ ਤੇਜ਼ ਹੋ ਜਾਂਦਾ ਬੱਚਾ ਤੇ ਜਿਵੇਂ ਕਾਕੇ ਇਹ ਜਿਹਾ ਕਹਿ ਸਕਦੇ ਆ ਹਾਂ ਜੀ ਜੀ ਤੇ ਇਹ ਨੰਬਰ ਬਣੇ ਦੇਤਾ ਬਾਈ ਦਾ ਹਨਾ ਤੇ ਫੋਨ ਲਾਇਓ ਘਟ ਬਾਈ ਤੇ ਬਾਈ ਨਾਲ ਇੱਥੇ ਪਹੁੰਚ ਜਿਓ ਹਨਾ ਤੇ ਸਮਾਨ ਖਰੀਦਿਓ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ